ਜ਼ਿਲ੍ਹਾ ਫਰੀਦਕੋਟ ਵਿੱਚ ਸ਼ਾਮ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਸੀ, ਜਿਸ ਵਿੱਚ ਸ਼ਰਿਆਮ ਇੱਕ ਵਿਅਕਤੀ ਨਸ਼ਾ ਵੇਚ ਰਿਹਾ ਸੀ, ਜਿਸ ਦੇ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਦੇਰ ਰਾਤ ਤੱਕ ਚੱਲੇ ਕਾਰਵਾਈ ਦਰਮਿਆਨ ਫਰੀਦਕੋਟ ਦੇ ਸੰਜੇ ਨਗਰ ਬਸਤੀ ਤੋਂ 7 ਵਿਅਕਤੀਆਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ, ਜਿਨ੍ਹਾਂ ਕੋਲੋਂ 300 ਗ੍ਰਾਮ ਨਸ਼ੀਲਾ ਪਾਊਡਰ ਨਿਰਯਾਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ SSP ਫਰੀਦਕੋਟ ਮੈਡਮ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਾਫੀ ਪੁਰਾਣੀ ਹੈ, ਪਰੰਤੂ ਇਸ ਸੰਬੰਧਿਤ ਸਾਡੇ ਤਰਫੋਂ ਗੰਭੀਰਤਾ ਦੇ ਨਾਲ ਕੰਮ ਕਰਦੇ ਹੋਏ ਆਪਣੇ ਸੂਤਰਾਂ ਮੁਤਾਬਕ ਦੇਰ ਰਾਤ ਇੱਕ ਰੇਡ ਕੀਤੀ ਗਈ, ਜਿਸ ਦੌਰਾਨ 7 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਕੋਲੋਂ 300 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਿਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਉਹਨਾਂ ਅੱਗੇ ਕਿਹਾ ਕਿ ਇਹਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਏਗਾ ਅਤੇ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ। ਅਗਰ ਇਹਨਾਂ ਤਰਫੋਂ ਕਿਤੋਂ ਵੀ ਨਸ਼ੀਲਾ ਸਮਾਨ ਲਿਆ ਕੇ ਅੱਗੇ ਵੇਚਿਆ ਜਾ ਰਿਹਾ ਸੀ ਤਾਂ ਉਸ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਸਾਡੇ ਧਿਆਨ ਵਿੱਚ ਆਈ ਹੈਗੀ, ਅਸੀਂ ਇਮੀਜੀਏਟਲੀ ਇੱਕ ਟੀਮ ਕੌਂਸਟੀਟਿਊਟ ਕਰਕੇ ਪ੍ਰੋਪਰ ਉਹਨਾਂ 'ਤੇ ਕੱਲ੍ਹ ਦੇਰ ਰਾਤ ਤੱਕ ਓਪਰੇਸ਼ਨ ਚੱਲਦਾ ਰਿਹਾ ਹੈਗਾ। ਉਹਨਾਂ ਨੂੰ ਸਾਰੇ ਜੋ ਵੀ ਉਹਦੇ ਵਿੱਚ ਇਨਵੋਲਵ ਸੀਗੇ ਉਹਨਾਂ ਨੂੰ ਉੱਥੇ ਅਰੈਸਟ ਕੀਤਾ ਗਿਆ ਹੈਗਾ ਔਰ ਪ੍ਰੋਪਰ FIR ਰਜਿਸਟਰ ਕੀਤੀ ਗਈ ਹੈ। ਇਹ 7 ਲੋਕ ਅਸੀਂ ਗ੍ਰਿਫਤਾਰ ਕੀਤੇ ਹੈਗੇ ਜੀ ਸੰਜੇ ਨਗਰ ਏਰੀਆ ਵਿੱਚੋਂ, ਔਰ ਉਹਨਾਂ ਸਾਰਿਆਂ ਵਿੱਚ ਅੱਗੇ ਪੁੱਛਗਿੱਛ ਜਾਰੀ ਹੈਗੀ ਹੈ। ਅੱਗੇ ਵੀ ਉਹਨਾਂ ਦੀ ਪੁੱਛਗਿੱਛ ਵਿੱਚੋਂ ਜੋ ਵੀ ਉਹਨਾਂ ਦੀ ਰਿਮਾਂਡ ਹਾਸਲ ਕੀਤੀ ਜਾ ਰਹੀ ਹੈ ਜੋ ਉਹਨਾਂ ਨੂੰ ਪੇਸ਼ ਕਰਕੇ, ਔਰ ਉਹਨਾਂ ਦੀ ਪੁੱਛਗਿੱਛ ਵਿੱਚ ਜੋ ਵੀ ਚੀਜ਼ਾਂ ਅੱਗੇ ਸਾਹਮਣੇ ਆਉਣਗੀਆਂ ਕਿੱਥੋਂ ਸਪਲਾਈ ਹੋ ਰਹੀ ਸੀ, ਕੀ ਉਹਨਾਂ ਦੀ ਚੇਨ ਹੈਗੀ, ਉਹਦੀ ਸਾਰੀ ਵੈਰੀਫਿਕੇਸ਼ਨ ਕੀਤੀ ਜਾਊਗੀ। 300 ਗ੍ਰਾਮ ਨਸ਼ੀਲਾ ਪਦਾਰਥ ਹੈਗਾ ਉਹਦੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹੈਗੇ ਵੀ ਉਹ ਹੈਰੋਇਨ ਹੈ ਜਾਂ ਕੀ ਹੈਗਾ। ਜੀ ਹਾਂ, ਉਸ ਦੀ ਪੁੱਛਗਿੱਛ ਜਾਰੀ ਹੈਗੀ ਹੈ, ਜਦੋਂ ਜੋ ਕੁਛ ਸਾਹਮਣੇ ਆਊਗਾ ਉਵੇਂ ਜਿਹੜੀਆਂ ਫਰਦਰ ਡਿਟੇਲਸ ਹੈਗੀਆਂ ਅਸੀਂ ਸ਼ੇਅਰ ਕਰ ਲਵਾਂਗੇ ਜੀ, ਕਿਉਂਕਿ ਐਕਚੁਅਲੀ ਵੀਡੀਓ ਤੋਂ ਬਾਅਦ ਹੀ ਉਸ ਵੈਸੇ ਤਾਂ ਪਹਿਲਾਂ ਹੀ ਸਾਡੇ ਐਫਰਟਸ ਚੱਲ ਰਹੇ ਹੈਗੇ, ਪਰ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਅਸੀਂ ਆਪਣੀ ਪ੍ਰੋਪਰ ਸੋਰਸਿਸ ਲਗਾਏ ਹੋਏ ਸੀਗੇ ਪਤਾ ਕਰਨ ਲਈ ਕਿ ਉਹ ਕਿੱਥੇ ਉਹਨਾਂ ਦਾ ਓਪਰੇਸ਼ਨ ਚੱਲ ਰਿਹਾ, ਕਿਸ ਤਰ੍ਹਾਂ ਉਹ ਕੰਮ ਕਰਦੇ ਹੈਗੇ ਆ। ਸੋ ਸ਼ਾਮ ਨੂੰ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਤਾਂ ਅਸੀਂ ਆਪਣੀ ਜਿਹੜੀ ਸਪੈਸ਼ਲ ਟੀਮ ਸੀਗੀ ਉੱਥੇ ਭੇਜ ਕੇ ਜਿਹੜਾ ਹੈਗਾ ਸਾਰਾ ਪ੍ਰੋਪਰ ਕਰਵਾਇਆ ਐਗਜੀਕਿਊਟ। ਆਈ ਥਿੰਕ ਜੀ 10-11 ਵਜੇ ਤੱਕ, 11:30 ਉਸ ਤੋਂ ਵੀ ਲੇਟ ਚੱਲੀ ਗਿਆ ਹੈਗਾ, ਕਿਉਂਕਿ ਸਾਰੇ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਕਾਬੂ ਕਰਨ 'ਚ ਟਾਈਮ ਲੱਗ ਗਿਆ। ਸੋ ਇਹ ਸਾਰਾ ਦੇਰ ਰਾਤ ਤੱਕ ਚੱਲਦਾ ਰਿਹਾ। ਅਸੀਂ ਤੁਹਾਨੂੰ ਪ੍ਰੈਸ ਨੋਟ ਵਿੱਚ ਸਾਰਿਆਂ ਦੇ ਨਾਮ ਜਿਹੜੇ ਹੈਗੇ ਆ ਇਸ਼ੂ ਕਰ ਦਾਂਗੇ ਜੀ। ਥੈਂਕ ਯੂ। देश दुनिया की तमाम खबरों नाल जुड़े रहने लिए सबसक्राइब करो यूट्यूब ते सच कहूं पंजाबी चैनल, इस दे नाल ही बैल आइकन दब के पाओ लेटेस्ट अपडेट सब तो पहला।